ਵਕਾਰ ਇੱਕ ਤਾਂ ਮੈਂ ਦੱਸਾਂ ਗੱਲ ਹਾਂਜੀ ਜਿਹੜਾ ਨਾ ਹੁਣ ਇਹ ਵਕਤ ਜਾਣ ਲਿਆ ਜੇ ਬੰਦਾ ਕੋਈ ਵੀ ਇਹ ਗੱਲ ਆਖੇ ਕਿ ਮੈਂ ਕਿਸੇ ਦੇ ਸਿਰ ਤੇ ਕੰਮ ਕਰ ਲਵਾਂ ਤਾਂ ਝੂਠ ਹੈ। ਅਗਲੇ ਦਿਨ ਦੀ ਗੱਲ ਹੈ ਚੋਰੀ ਘੁੰਮਣ ਸਾਹਿਬ ਨੇ ਚੋਰੀ ਸਰਫਰਾਜ ਘੁੰਮਣ ਸਾਹਿਬ ਠੀਕ ਹੋਣਾ ਕਿਹਾ ਜਦ ਮੈਂ ਜਾਵਾਂਗਾ ਭਾਈ ਕੰਮ ਦੇ ਵਿੱਚ ਮਸਰੂਫ ਨੇ ਪੂਰੇ। ਚੋਰੀ ਸਾਹਿਬ ਤੁਸੀਂ ਵੀ ਕਰਵਾਉਣਾ ਕੋਈ ਖਤ ਛਤ? ਨਹੀਂ ਮੈਂ ਕਰਵਾ ਲਿਆ ਹਫਤੇ ਗੱਲ ਪਾ ਲਈ ਮੈਂ 10 ਦਿਨ ਪਹਿਲਾਂ ਟਿਕਟ ਕਰਾਈ ਚੋਰੀ ਬਗਿਆਰਾਂ ਨੂੰ ਕਹਿ ਦੇ ਅੱਛਾ ਇਹਦੀ ਮਿਹਰਬਾਨੀ ਜਿੱਦਾਂ ਜਾਣਾ ਸੀ ਸ਼ਾਮ ਤੱਕ ਮੈਂ ਬੱਚਾ ਬਾਹੜਿਆ ਸੀ ਕਿਤੇ ਜਦੋਂ ਸੀਟ ਬੰਦੇ ਆਏ ਨੇ ਅਤੇ ਕੋਈ ਬਹੁਤਾ ਨਾ ਫਰੈਂਡ ਸੀ ਜਿਹਦੇ ਗੱਡੀ ਤੁਰਨ ਲੱਗੀ ਅਤੇ ਜੰਪ ਕਰਾਸ ਕਰਨ ਲੱਗੇ ਪੱਟੀ ਸਾਹਿਬ ਮੈਨੂੰ ਝੋਲੀ ਜਾ ਫਿਰ ਜਵਾਬ ਦਿਓ ਆ ਕੇ ਇਹ ਸਾਰੀ ਆਵਾਮ ਦੇ ਸਾਹਮਣੇ ਨਾ ਗੱਲ ਕੀਤੀ ਤਾਂ ਜਵਾਬ ਦਿਓ ਸਾਰੇ ਇੱਕ ਦੂਜੇ ਨੂੰ ਪੁੱਛਦੇ ਹੋ ਲਾਮਾ ਦਿੱਤਾ ਹਰ ਬੰਦਾ ਇੱਕ ਦੂਜੇ ਨੂੰ ਪੁੱਛਦਾ ਯਾਰ ਤੂੰ ਵੀ ਜਾਣਾ ਚੱਲ ਲਾਉਣਾ ਚੋਰੀ ਸਾਹਿਬ ਦਾ ਝੂਠ ਰੰਗੇ ਹੱਥ ਫੜਿਆ ਗਿਆ ਇਹਨੇ ਆਇਆ ਪੱਕਾ ਕਾਲਾ ਕਰਦਾ ਬਿੱਤੀ ਕਰਦਾ ਤੂੰ ਅਸੀਂ ਡਰਾ ਜਾਂਦਾ ਮੈਂ ਆਖਿਆ ਭਾਈ ਤੂੰ ਆਪਣੀ ਦਿਹਾੜ ਮੈਂ ਆਪਣੀ ਦਿਹਾੜ ਨਾ ਉਹਨੂੰ ਇਹ ਆਖਿਆ ਮੈਂ ਜਾਂਗਾ ਰੋਇਆ ਸਾਹਮਣੇ ਬੈਠ ਕੇ ਆਖਿਆ ਉਹਨੂੰ ਨਾ ਮੈਂ ਆਖਿਆ ਮੈਂ ਦਾਂਗਾ ਠੀਕ ਹੈ ਤੂੰ ਮੈਨੂੰ ਆਪੀ ਆਖਿਆ ਤੂੰ ਦੇ ਤੇ ਤੇਰੀ ਤੇ ਮੇਰੀ ਆਪੇ ਆ ਜਾਂਦਾ ਛੱਡਣ ਮੈਂ ਠੀਕ ਹੈ ਯਾਰ ਮੈਂ ਵੀ ਜਾਵਾਂਗਾ ਭਾਸ਼ਾ ਮੈਨੂੰ ਅਗਲੀ ਤੀਰ ਤੇ ਹੈ ਇਹਨੇ ਆਖਿਆ ਮੋਗੇ ਜੀ ਸਾਡੀਆਂ ਸੋਹਣੀ ਚੀਜ਼ਾਂ ਅਗਲੀ ਰੱਖ ਤੇ ਪੈਸੇ ਮੈਂ ਦਾਂਗਾ ਕਿਉਂ ਨਾ ਨਾਲੇ ਤਾਰਕ ਸਾਹਿਬ ਆਉਂਦੇ ਨੇ ਮੈਂ ਸਾਰੀ ਜ਼ਿੰਦਗੀ ਅੱਜ ਤੱਕ ਕਿਸੇ ਕੋਲ ਚਾਹ ਨੀ ਪੀਤੀ ਤੇ ਨਾ ਤੁਹਾਡਾ ਸੀਟ ਨਾ ਤੂੰ ਹੈ ਯਾਰ ਨਵੀਦ ਜਾਂ ਹੋਵੇ ਤੁਸੀਂ ਤਾਂ ਤਾਰਕ ਸਾਹਿਬ ਧੱਕੇ ਨਾਲ ਸੀਟ ਲੈਣ ਡੇ ਬਾਹਰੋਂ ਆਇਆ ਆਪੀ ਨੂੰ ਚਾਹ ਪੀਂਦਾ